ਦਿੱਲੀ ਦੇ ਵਿੱਚ ਜੀਐਨਯੂ ਵਿਦਿਆਰਥੀਆਂ ਤੇ ਜਿਹੜਾ ਪ੍ਰੋਫੈਸਰਾਂ ਤੇ ਲਾਠੀ ਚਾਰਜ ਹੋਇਆ ਬੇਤਹਾਸ਼ਾ ਬੇਕਸੂਰ ਲੋਕਾਂ ਨੂੰ ਕੁੱਟਿਆ ਗਿਆ ਆਮ ਆਦਮੀ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਉਹਦਾ ਬਹੁਤ ਜ਼ੋਰਦਾਰ ਖੰਡਨ ਕਰਦੀ ਆ ਔਰ ਬਹੁਤ ਹੀ ਨਿੰਦਣਯੋਗ ਘਟਨਾ ਵਾਪਰੀ ਆ ਕਿਉਂਕਿ ਦੇਸ਼ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਕਿ ਇਸ ਤਰ੍ਹਾਂ ਜਿਹੜੇ ਸਟੂਡੈਂਟ ਖਾਸ ਤੌਰ ਤੇ ਉਹ ਯੂਨੀਵਰਸਿਟੀ ਜਿਹੜੀ ਪੂਰੇ ਦੇਸ਼ ਜਾਣੀ ਜਾਂਦੀ ਆ ਜਿਸ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਏ ਇੰਟੈਲੈਕਚੁਅਲ ਨੂੰ ਮੰਨਿਆ ਜਾਂਦਾ ਕਿ ਉਹ ਜੀਐਨਯੂ ਦਾ ਪੜ੍ਹਿਆ ਹੋਇਆ ਅੱਜ ਉਹ ਯੂਨੀਵਰਸਿਟੀ ਦੇ ਵਿੱਚ ਨਿਹੱਥੇ ਬੇਕਸੂਰ ਲੋਕਾਂ ਤੇ ਹਮਲਾ ਹੋਣਾ ਇਹ ਬਹੁਤ ਹੀ ਮਾੜੀ ਗੱਲ ਆ ਇੱਥੋਂ ਪਤਾ ਲੱਗਦਾ ਕਿ ਸਾਡੇ ਲੋਕਤੰਤਰ ਦੇ ਵਿੱਚ ਜੇਕਰ ਕੋਈ ਦੂਜੀ ਅਸਹਿਮਤੀ ਵਾਲੀ ਆਵਾਜ਼ ਆ ਤਾਂ ਜਿਹੜੀ ਉਹ ਉਹ ਸਿਸਟਮ ਦੇ ਨਾਲ ਆਵਾਜ਼ ਮਿਲਾ ਕੇ ਨਹੀਂ ਚੱਲਦਾ ਜਿਹੜੇ ਲੋਕ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕਾਣ ਹੋ ਰਿਹਾ ਆਮ ਆਦਮੀ ਪਾਰਟੀ ਪੂਰੀ ਪੰਜਾਬ ਇਕਾਈ ਦਾ ਖੰਡਨ ਕਰਦੀ ਆ ਦੀ ਨਿਖੇਦੀ ਕਰਦੀ ਆ ਆਮ ਆਦਮੀ ਪਾਰਟੀ ਵੱਲੋਂ ਅੱਜ ਜਿਹੜਾ ਲੀਗਲ ਸੈੱਲ ਆ ਆਮ ਆਦਮੀ ਪਾਰਟੀ ਦਾ ਕਾਨੂੰਨੀ ਵਿੰਗ ਆ ਉਦਾਜ ਵਿਸਥਾਰ ਕੀਤਾ ਜਾ ਰਿਹਾ ਉਹਦੇ ਨਵੇਂ ਜਿਹੜੇ ਪ੍ਰਧਾਨ ਨੇ ਸਰਦਾਰ ਗਿਆਨ ਸਿੰਘ ਜੀ ਮੂੰਗੋ ਗਰਾਊਂਡ ਲੈਵਲ ਤੇ ਜਾਣ ਦੇ ਲਈ ਜਿਹੜਾ ਗਿਆਨ ਸਿੰਘ ਮੂੰਗੋ ਜੀ ਨੂੰ ਪਾਇੰਟ ਕੀਤਾ ਜਾਂਦਾ ਹੈਗਾ ਇਹ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਲੀਗਲ ਹੈਲਪ ਡੈਸਕ ਲੈਣ ਸ਼ੁਰੂ ਕਰਨ ਜਾ ਰਹੀ ਆ ਇੱਕ ਨੰਬਰ ਹੋਊਗਾ ਹਰੇਕ ਡਿਸਟ੍ਰਿਕਟ ਲੈਵਲ ਤੇ ਹਰੇਕ ਤਹਿਸੀਲ ਲੈਵਲ ਤੇ ਪੰਜਾਬ ਲੈਵਲ ਤੇ ਉਹਨਾਂ ਦੇ ਮੈਸਾਂਵੰਦਾ ਕਾਨੂੰਨ ਦੀ ਜਾਣਕਾਰੀ ਨਹੀਂ ਉਹਨਾਂ ਨੂੰ ਜਿਹੜੀ ਆ ਕਾਨੂੰਨ ਦੀ ਹੈਲਪ ਦੇਣ ਦੇ ਲਈ ਉਹਨਾਂ ਦੀ ਮਦਦ ਕਰਨ ਦੇ ਲਈ ਕੋਰਟਾਂ ਦੇ ਵਿੱਚ ਮਦਦ ਕਰਨ ਦੇ ਲਈ ਉਹਨਾਂ ਦੀ ਪੁਲਿਸ ਸਟੇਸ਼ਨਾਂ ਦੇ ਵਿੱਚ ਮਦਦ ਕਰਨ ਦੇ ਲਈ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਸਰਦਾਰ ਗਿਆਨ ਸਿੰਘ ਮੋਂਗੋ ਜੀ ਜਿਹੜੇ ਹੈਗੇ ਨੇ ਕਿ ਉਹ ਬੜਾ ਜਲਦੀ ਆਪਦਾ ਲੀਗਲ ਸੈੱਲ ਦਾ ਵਿਸਤਾਰ ਤਹਿਸੀਲ ਲੈਵਲ ਤੇ ਕਰਕੇ ਤਾਂ ਕਿ ਲੋਕਾਂ ਨੂੰ ਜਿਹੜੀ ਆ ਲੀਗਲ ਸਹਾਇਤਾ ਮਿਲ ਜਾ ਕਰਾਉਣਗੇ ਕਿਉਂ ਸਾਰੇ ਪੰਜਾਬ ਦੇ ਵਿੱਚ ਸਬਡਿਵੀਜ਼ਨ ਪੱਧਰ ਤੇ ਡਿਸਟ੍ਰਿਕਟ ਪੱਧਰ ਤੇ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਸਾਡਾ ਲੀਗਲ ਜੁਨਟ ਹੈ ਕਾਇਮ ਕਰੂੰਗਾ ਤਾਂ ਕਿ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਨਾਲ ਥੱਲੇ ਤੋਂ ਲੈ ਕੇ ੱੱਕਾ ਹੋ ਰਿਹਾ ਅਸੀਂ ਉਹ ੱੱਕੇ ਦੇ ਖਿਲਾਫ ਲੜਾਈ ਲੜਾਂਗੇ ਕਾਨੂੰਨੀ ਤੌਰ ਤੇ ਵੀ ਲੜਾਈ ਲੜਾਂਗੇ ਤੇ ਜੇ ਕਿਸੇ ਵੀ ਗਰੀਬ ਆਦਮੀ ਨੂੰ ਕਿਸੇ ਕਿਸਮ ਦੀ ਲੋਡ ਹੋਊਗੀ ਤਾਂ ਜਿਹੜਾ ਸਾਡਾ ਕਾਨੂੰਨੀ ਬੰਗਾ ਸਾਰੇ ਪੰਜਾਬ ਦੇ ਵਿੱਚ ਇਹ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ੱੱਕੇ ਸਾਈਆਂ ਦੇ ਖਿਲਾਫ ਹਰ ਥਾਂ ਤੇ ਲੜਾਈ ਲੜਾਂਗੇ